ਗੱਲ ਕਰਨੀ ਚਾਹੁੰਦਾ। ਉਹ ਗੱਲ ਇਹ ਆ ਕਿ ਜਿੱਥੇ ਆਪਾਂ ਕੀਰਤਨ ਦੇ ਨਾਲ ਬੱਚਿਆਂ ਨੂੰ ਜੋੜ ਰਹੇ ਹਾਂ, 2.5 ਤੋਂ 3 ਸਾਲਾਂ ਤੋਂ ਬੱਚੇ ਕੀਰਤਨ ਸਿੱਖ ਰਹੇ ਆ, 5 ਤੋਂ ਵਧੇਰੇ ਬੱਚੇ ਜਮਾਤ 'ਚ ਆ ਰਹੇ ਆ, ਛੋਟੀਆਂ ਬੱਚੀਆਂ 7 ਨੇ ਜਿਨ੍ਹਾਂ ਨੇ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ। ਚਲੋ ਇਹਦੇ ਜਿਹੜੇ ਦਿਸਣ ਵਾਲੀਆਂ ਚੀਜ਼ਾਂ ਨੇ, ਸਾਰੇ ਜਾਣੇ ਧਿਆਨ ਕਰਕੇ ਇੱਕ ਗੱਲ ਸੁਣਿਓ, ਜਿਹੜੀਆਂ ਮੌਜੂਦਾ ਗੱਲਾਂ ਹੁੰਦੀਆਂ ਉਹਨਾਂ ਨੂੰ ਡਿਸਕਸ ਕਰਨ ਦੇ ਲਈ, ਤੁਹਾਡੇ ਨਾਲ ਸਾਂਝ ਪਾਉਣ ਲਈ ਕੋਈ ਮੰਚ ਚਾਹੀਦਾ, ਕਿਉਂਕਿ ਜੋ ਕੁਛ ਵਾਪਰ ਰਿਹਾ ਹੋਵੇ ਜ਼ਮਾਨੇ 'ਚ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਮੈਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਦਿਆਂ ਕਿ ਇੱਕ ਫਿਲਮ 14 ਅਪ੍ਰੈਲ ਨੂੰ ਵਿਸਾਖੀ 'ਤੇ ਜਾਰੀ ਹੋਣ ਲੱਗੀ ਹੈ। ਉਸ ਫਿਲਮ ਦਾ ਨਾਮ ਆ ਨਾਨਕ ਸ਼ਾਹ ਫਕੀਰ। ਉਹ ਫਿਲਮ ਨਾਮ ਤੋਂ ਤਾਂ ਐਂ ਲੱਗਦੀ ਹੈ ਕਿ ਜਿਵੇਂ ਸਿੱਖਾਂ ਦੇ ਹੱਕ 'ਚ ਜਾਂਦੀ ਹੋਵੇ। ਅਵਲ ਤਾਂ ਨਾਮ ਉਹਦਾ ਚਾਹੇ ਨਾਨਕ ਸ਼ਾਹ ਫਕੀਰ ਲਿਖਿਆ ਹੋਇਆ, ਪਰ ਉਹ ਫਿਲਮ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਬਣਾਈ ਹੋਈ ਹੈ। ਅਕਾਲਕ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਆ ਕਿ ਕਿਸੇ ਵੀ ਗੁਰੂ ਸਾਹਿਬ 10 ਪਾਤਸ਼ਾਹੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਕੋਈ ਪਾਤਰ ਨਹੀਂ ਬਣ ਸਕਦਾ। ਜਿਵੇਂ ਹਿੰਦੂ ਭਰਾਵਾਂ ਦੇ ਵਿੱਚ ਰਾਮ ਬਣ ਜਾਂਦੇ ਆ, ਲਕਸ਼ਮਣ ਬਣ ਜਾਂਦੇ ਆ, ਸੀਤਾ ਬਣ ਜਾਂਦੇ ਆ, ਹੋਰ ਬਣ ਜਾਂਦੇ ਆ, ਨਾਰਦ ਮੁਨੀ ਬਣ ਜਾਂਦੇ ਆ, ਵਿਸ਼ਨੂੰ ਬਣ ਜਾਂਦੇ ਆ, ਆਦਿ ਦੇਵੀ ਦੇਵੀ ਦੇਵਤੇ ਬਣ ਜਾਂਦੇ ਆ, ਸਿੱਖਾਂ ਦੇ ਵਿੱਚ ਇੰਝ ਕੋਈ ਵੀ ਫਿਲਮ ਨਹੀਂ ਬਣਾ ਸਕਦਾ। ਪਰ ਜਿਹੜੀ 4 ਸਾਹਿਬਜ਼ਾਦੇ ਇੱਕ ਐਨੀਮੇਸ਼ਨ ਫਿਲਮ ਆਈ, ਜਿਸ ਨੂੰ ਬੋਲਦੇ ਆਪਾਂ ਕਿ ਕਾਰਟੂਨ ਰੂਪ ਦੇ ਵਿੱਚ ਆਈ, ਉਸ ਦੀ ਬਹੁਤ ਜ਼ਿਆਦਾ ਮਕਬੂਲੀਅਤ ਹੋਈ, ਪਰ ਉਹ ਇੱਕ ਗਿਰਾਵਟ ਸੀ। ਸਿੱਖਾਂ ਨੂੰ ਅਜਿਹੀ ਕਿਸੇ ਫਿਲਮ ਦੀ ਲੋੜ ਨਹੀਂ ਕਿ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੂੰ ਪਾਤਰ ਬਣਾਇਆ ਹੋਵੇ। ਉਹ ਕੋਈ ਬੰਦਾ ਜਿਹਨੇ ਗੁਰੂ ਨਾਨਕ ਸਾਹਿਬ ਦਾ ਪਾਤਰ ਕੀਤਾ, ਬਾਅਦ ਵਿੱਚ ਗ੍ਰਾਫਿਕਸ ਡਿਜ਼ਾਈਨਿੰਗ ਦੇ ਨਾਲ ਉਹਦੇ ਚਿਹਰੇ ਦੇ ਉੱਤੇ ਚਮਕ ਪੈਦਾ ਕਰ ਦਿੱਤੀ, ਅਤੇ ਇਹ ਜਿਹੜੀ ਫਿਲਮ ਆ ਸਿੱਖ ਉਹਦਾ ਵਿਰੋਧ ਕਰ ਰਿਹਾ। ਵਿਰੋਧ ਇਸ ਕਰਕੇ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ, ਪਹਿਲੀ ਪਾਤਸ਼ਾਹ ਨੂੰ ਜਿਵੇਂ ਅਸੀਂ ਮਹਿਸੂਸ ਕਰਦੇ ਹਾਂ, ਉਹ ਸਾਡੇ ਮਨਾਂ ਦੇ ਅੰਦਰ ਆ। ਗੁਰੂ ਦਾ ਕੋਈ ਰੂਪ ਨਹੀਂ ਧਾਰਨ ਕਰ ਸਕਦਾ, ਗੁਰੂ ਸਮਰੱਥ ਆ, ਅਤੇ ਗੁਰੂ ਸ਼ਬਦ ਰੂਪ ਦੇ ਵਿੱਚ ਜਿਹੜਾ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੋਵੇ। ਸੋ ਇਹ ਜਿਹੜਾ ਵਿਰੋਧ ਆ ਸਿੱਖ ਕਰ ਰਿਹਾ। ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਕਿ ਫਿਲਮ ਜਿਹੜੀ ਆ ਉੱਤੇ ਰੋਕ ਲੱਗਣੀ ਚਾਹੀਦੀ ਆ। ਅਜੇ ਪੂਰੀ ਤਰ੍ਹਾਂ ਉਹਨਾਂ ਦਾ ਜਿਹੜਾ ਪੱਖ ਆ ਕਲੀਅਰ ਨਹੀਂ ਗਾ ਕਿ ਉਹਨਾਂ ਨੇ ਰੋਕਣ ਤੋਰਨਾ ਕਿ ਨਹੀਂ ਤੁਰਨਾ, ਪਰ ਸਿੱਖ ਜਿਹੜੇ ਆ ਉਹ ਇਸ ਫਿਲਮ ਦੇ ਵਿਰੋਧ ਕਰ ਰਹੇ ਆ। ਇਸ ਕਰਕੇ ਕਰ ਰਹੇ ਆ ਕਿ ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਪਰਿਵਾਰ, ਸਾਡੇ ਸਤਿਕਾਰਯੋਗ ਪਰਿਵਾਰ ਜੋ ਉਹਨਾਂ ਦੇ ਬੇਬੇ ਨਾਨਕੀ ਜੀ ਹੋਏ, ਮਾਤਾ ਜੀ ਮਾਤਾ ਤ੍ਰਿਪਤਾ ਜੀ, ਪਿਤਾ ਜੀ ਪਿਤਾ ਮਹਿਤਾ ਕਾਲੂ ਜੀ, ਉਹਨਾਂ ਦੇ ਬਾਰੇ ਕੋਈ ਵੀ ਪਾਤਰ ਰੂਪ ਦੇ ਵਿੱਚ ਫਿਲਮ ਨਹੀਂ ਬਣਾ ਸਕਦਾ, ਪਰ ਉਹ ਫਿਲਮ ਦੇ ਵਿੱਚ ਦਰਸਾਇਆ। ਉਹੋ ਹੀ ਇੱਕ ਮਿੰਟ ਟੇਕੇ ਬਹਿ ਜਾਓ ਦੀ ਸਾਰੀ ਜਰਾ ਗੱਲ ਸੁਣ ਲਿਓ। ਉਹ ਫਿਲਮ ਦੇ ਵਿੱਚ ਜਿਹੜੀ ਬੇਬੇ ਨਾਨਕੀ ਬਣੀ ਹੋਊਗੀ, ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਮ ਜ਼ਿੰਦਗੀ 'ਚ ਉਹ ਕੀ ਕਰੂਗੀ, ਅਤੇ ਲੋਕਾਂ ਨੇ ਉਹਨੂੰ ਉਸੇ ਰੂਪ ਨਾਲ ਵੇਖਣਾ। ਸੋ ਇਹ ਜਿਹੜਾ ਵਿਗਾੜ ਫਿਲਮਾਂ ਦੇ ਰੂਪ 'ਚ ਆ ਰਿਹਾ, ਇਸ 'ਤੇ ਧਿਆਨ ਦੇਣ ਦੀ ਬੜੀ ਲੋੜ ਸੀ। ਮੈਂ ਜ਼ਰੂਰੀ ਸਮਝਿਆ ਕਿ ਤੁਹਾਡੇ ਨਾਲ ਇਹ ਗੱਲ ਕਰਾਂ ਜਿੱਥੇ ਆਪਾਂ ਕੀਰਤਨ ਸੁਣਨਾ ਨਾ, ਅਤੇ ਜਿੱਥੇ ਸਿੱਖੀ ਨੂੰ ਵਿਗਾੜਿਆ ਜਾਵੇ, ਗੁਰੂ ਨਾਨਕ ਸਾਹਿਬ ਜੀ ਦਾ ਕੋਈ ਇਸ ਤਰ੍ਹਾਂ ਰੂਪ ਜਿਹੜਾ ਖੇਡਣ ਲੱਗ ਪਵੇ, ਪਾਤਰ ਰੂਪ 'ਚ ਫਿਲਮਾਂ ਬਣਨ ਲੱਗ ਪੈਣ, ਤਾਂ ਸਾਨੂੰ ਜਾਗਣਾ ਚਾਹੀਦਾ। ਇਹ ਮਾੜੀ ਗੱਲ ਆ, ਸਾਰਿਆਂ ਨੂੰ ਖੇਤੀ ਕਰਨੀ ਚਾਹੀਦੀ ਆ। ਜਿੱਥੇ ਰੋਕਣ ਦੀ ਗੱਲ ਆ ਉੱਥੇ ਵੀ ਫਰਜ਼ ਨਿਭਾਉਣਾ ਚਾਹੀਦਾ।
ਸੋ ਤੁਸੀਂ ਜਲ ਪਾਣੀ ਛੱਕ ਲਓ, ਬਾਕੀ ਅੱਗੇ ਫਿਰ ਕੀਰਤਨ ਜਿਹੜਾ ਵਾ ਦੁਬਾਰੇ ਸ਼ੁਰੂ ਸਿੰਘ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।